ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਦੀ ਜਿਸ ਦਾ ਸੇਕ ਹੁਣ ਪੰਜਾਬ ਤੱਕ ਵੀ ਪਹੁੰਚਦਾ ਦਿਖਾਈ ਦਿੰਦਾ ਹੈ ਸਿੱਪੀ ਗਿੱਲ ਦੇ ਵੱਲੋਂ ਪੁਲਿਸ ਦੇ ਕੋਲੋਂ ਸੁਰੱਖਿਆ ਦੀ ਮੰਗ ਕਿਉਂ ਕੀਤੀ ਗਈ ਹੈ ਤਿਹਾਰ ਜੇਲ੍ਹ ਦੇ ਵਿੱਚ ਗੈਂਗਸਟਰ ਦਾ ਕਤਲ ਹੋ ਗਿਆ ਹੈ 골ਡੀ ਬਰਾੜ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਸਕੀਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ 200 ਹੋਰ ਨਿਯੁਕਤੀ ਪੱਤਰ ਭਗਵੰਤ ਮਾਨ ਦੇ ਵੱਲੋਂ ਵੰਡੇ ਗਏ ਨੇ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਵਿਵਾਦ ਲਗਾਤਾਰ ਅੱਗੇ ਵਧਦਾ ਦਿਖਾਈ ਦਿੰਦਾ ਹੈ ਤੁਹਾਨੂੰ ਸਾਰੀ ਜਾਣ કરી ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਥਿਤ ਸ਼ਰਾਬ ਘਟਾਲੇ ਤੋਂ ਕਰਦੇ ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਇਲਜ਼ਾਮ ਲੱਗਾ ਕਿ ਉਹਨਾਂ ਨੇ ਉੱਥੇ ਸ਼ਰਾਬ ਘੁਟਾਲਾ ਕੀਤਾ ਹੈ ਆਵਕਾਰੀ ਨੀਤੀ ਜਿਹੜੀ ਬਣਾਈ ਹੈ ਉਸ ਦੇ ਵਿੱਚ ਸੈਂਕੜੇ ਕਰੋੜਾਂ ਦਾ ਘੁਟਾਲਾ ਕੀਤਾ ਗਿਆ ਹੈ ਕੇਜਰੀਵਾਲ ਸਰਕਾਰ ਦੇ ਵੱਲੋਂ ਅਤੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰ ਜੇਲ੍ਹਾਂ ਦੇ ਵਿੱਚ ਵੀ ਨੇ ਅਤੇ ਇਸ ਦੇ ਵਿੱਚ ਹੁਣ ਚਾਰ ਛੀਟਾਂ ਦੇ ਵਿੱਚ ਨਿਤ ਨਵੇਂ ਤੋਂ ਨਵੇਂ ਲੀਡਰ ਦਾ ਨਾਮ ਸਾਹਮਣੇ ਆਉਂਦਾ ਦਿਖਾਈ ਦਿੰਦਾ ਹੈ ਮਨੀਸ਼ ਸੌਦੀਆ ਦਾ ਨਾਮ ਸਾਹਮਣੇ ਆਇਆ ਸੀ ਅਤੇ ਹੁਣ ਉਸ ਘੁਟਾਲੇ ਦਾ ਇਹ ਕ ਪੰਜਾਬ ਤੱਕ ਵੀ ਪਹੁੰਚਦਾ ਦਿਖਾਈ ਦਿੰਦਾ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ राघव ਚੱਡਾ ਦਾ ਨਾਮ ਵੀ ਸਪਲੀਮੈਂਟਰੀ ਚਾਰਜ ਸ਼ੀਟ ਦੇ ਵਿੱਚ ਆ ਗਿਆ ਹੈ ਖਬਰ ਏਜੰਸੀ ਏਐਨਆਈ ਦੇ ਮੁਤਾਬਕ ਰਾਗਵ ਚੱਡਾ ਦਾ ਵੀ ਜ਼ਿਕਰ ਈਡੀ ਦੇ ਵੱਲੋਂ ਆਪਣੀ ਸਪਲੀਮੈਂਟਰੀ ਚਾਰ ਸ਼ੀਟ ਦੇ ਵਿੱਚ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਜਦੋਂ ਰਾਗਵ ਚੱਡਾ ਦਾ ਨਾਮ ਵੀ ਸਾਹਮਣੇ ਆ ਗਿਆ ਹੈ ਤਾਂ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਈਡੀ ਦੀ ਇਸ ਚਾਰ ਸ਼ੀਟ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਆਪਕਾਰੀ ਨੀਤੀ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਰਾਗਵ ਚੱਡਾ ਦਾ ਵੀ ਨਾਮ ਸਾਹਮਣੇ ਆਇਆ ਹੈ ਇਸ ਦੇ ਮੁਤਾਬਕ ਮਨੀਸ਼ ਸਿਸੌਦੀਆ ਦੇ ਸਾਬਕਾ ਸਕੱਤਰ ਅਸ਼ੀ ਅਰਵਿੰਦ ਨੇ ਆਪਣੇ ਬਿਆਨ ਦੇ ਵਿੱਚ ਰਗਵ ਚੱਡਾ ਦਾ ਨਾਂ ਲਿਆ ਹੈ ਚਾਰ ਸ਼ੀਟ ਦੇ ਮੁਤਾਬਕ ਅਰਵਿੰਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੇ ਘਰ ਮੀਟਿੰਗ ਹੋਈ ਸੀ ਜਿਸ ਵਿੱਚ ਰਗਵ ਚੱਡਾ ਪੰਜਾਬ ਦੇ ਆਬਕਾਰੀ ਤੇ ਕਰ ਅਧਿਕਾਰੀ ਅਤੇ ਹੋਰ ਮੌਜੂਦ ਸਨ ਇਸ ਦਾ ਮਤਲਬ ਇਹ ਹੈ ਕਿ ਚਾਰ ਸ਼ੀਟ ਦੇ ਵਿੱਚ ਸਿਰਫ ਰਾਗਵ ਚੱਡਾ ਦਾ ਨਾਮ ਹੀ ਨਹੀਂ ਆਇਆ ਸਗੋਂ ਪੰਜਾਬ ਦੇ ਆਪਕਾਰੀ ਤੇ ਕਰ ਅਧਿਕਾਰੀਆਂ ਦਾ ਨਾਮ ਵੀ ਆ ਗਿਆ ਹੈ ਰਾਗਵ ਚੱਡਾ ਦਾ ਨਾਮ ਚਾਰ ਸ਼ੀਟ ਦੇ ਵਿੱਚ ਦਰਜ ਹੈ ਪਰ ਇਹ ਮੁਲਜ਼ਮ ਦੋਸ਼ੀ ਦੇ ਵਜੋਂ ਨਹੀਂ ਆਇਆ ਹੈ ਇੱਕ ਵਿਅਕਤੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਰਾਗਵ ਚੱਡਾ ਉਸ ਮੀਟਿੰਗ ਦੇ ਵਿੱਚ ਮੌਜੂਦ ਸਨ ਇਸ ਕਰਕੇ ਚਾਰ ਸ਼ੀਟ ਦੇ ਵਿੱਚ ਨਾਮ ਆਇਆ ਏ ਪਰ ਮੰਨਿਆ ਇਹ ਜਾ ਰਿਹਾ ਏ ਕਿ ਚਾਰ ਸ਼ੀਟ ਦੇ ਵਿੱਚ ਨਾਮ ਆਉਣ ਤੋਂ ਬਾਅਦ ਰਾਗਵ ਚੱਡਾ ਦੀ ਭੂਮਿਕਾ ਦੀ ਜਾਂਚ ਵੀ ਈਡੀ ਦੇ ਵੱਲੋਂ ਕੀਤੀ ਜਾ ਸਕਦੀ ਹੈ ਹੁਣ ਇਸ ਨੂੰ ਲੈ ਕੇ ਜਦੋਂ মিডিਆ ਅਦਾਰਿਆਂ ਨੇ ਅੱਜ ਹੀਆਂ ਖਬਰਾਂ ਚਲਾਈਆਂ ਆ ਕੇ ਚਾਰ ਸ਼ੀਟ ਦੇ ਵਿੱਚ ਰਾਗਵ ਚੱਡਾ ਦਾ ਨਾਮ ਆ ਗਿਆ ਏ ਤਾਂ ਰਾਗਵ ਚੱਡਾ ਨੇ মিডিਆ ਅਦਾਰਿਆਂ ਨੂੰ ਚੇਤਾਵਨੀ ਦਿੱਤੀ ਹੈ ਉਹ ਕਹਿੰਦੇ ਨੇ ਮੈਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗਾ ਤੁਸੀਂ ਖਬਰਾਂ ਚਲਾਈ ਜਾਂਦੇ ਹੋ ਕਿ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਦੋਸ਼ੀ ਦੇ ਵਜੋਂ ਮੇਰਾ ਨਾਮ ਆ ਗਿਆ ਹੈ ਚਾਰ ਸ਼ੀਟ ਦੇ ਵਿੱਚ ਜਦਕਿ ਇਹ ਬਿਲਕੁਲ ਗਲਤ ਹੈ ਦੋਸ਼ੀ ਦੇ ਵਜੋਂ ਚਾਰ ਸ਼ੀਟ ਦੇ ਵਿੱਚ ਮੇਰਾ ਨਾਮ ਨਹੀਂ ਆਇਆ ਹੈ ਜੇਕਰ ਕੋਈ ਹੁਣ ਅਜਿਹੀ ਖਬਰ ਚਲਾਵੇਗਾ ਕਿ ਦੋਸ਼ੀ ਦੇ ਵਜੋਂ ਮੇਰਾ ਨਾਮ ਆਇਆ ਹੈ ਤਾਂ ਮੈਂ ਉਸ ਮੀਡੀਆ ਅਦਾਰੇ ਤੇ ਕਾਨੂੰਨੀ ਕਾਰਵਾਈ ਕਰਾਂਗਾ ਰਗਵ ਚੱਡਾ ਦੇ ਵੱਲੋਂ ਇਹ ਚੇਤਾਵਨੀ ਮੀਡੀਆ ਅਦਾਰਿਆਂ ਨੂੰ ਦੇ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਦਿੱਲੀ ਦੀ ਤਿਹਾਰ ਜੇਲ੍ਹ ਦੇਸ਼ ਦੀ ਸਭ ਤੋਂ ਜ਼ਿਆਦਾ ਸੁਰੱਖਿਅਤ ਜੇਲ ਮੰਨੀ ਜਾਂਦੀ ਹੈ ਪਰ ਉੱਥੇ ਬੈਠ ਕੇ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਥਿਤ ਤੌਰ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਕਰਵਾ ਦਿੱਤਾ ਗਿਆ ਸੀ ਅਤੇ ਹੁਣ ਖਬਰ ਸਾਹਮਣੇ ਆਈ ਹੈ ਕਿ ਤਿਹਾਰ ਜੇਲ ਦੇ ਵਿੱਚ ਗੈਂਗਵਾਰ ਹੋਈ ਹੈ ਅਤੇ ਗੈਂਗਸਟਰ ਟਿੱਲੂ ਤਾਜਪੁਰ ਯਾਰ ਦਾ ਕਤਲ ਤਿਹਾਰ ਜੇਲ ਦੇ ਵਿੱਚ ਕਰ ਦਿੱਤਾ ਗਿਆ ਹੈ ਅਜਿਹੀਆਂ ਖਬਰਾਂ ਹੁਣ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਹਨ ਜਿਸ ਤੋਂ ਬਾਅਦ ਤਿਹਾਰ ਜੇਲ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਵਾਲ ਉੱਠਦੇ ਦਿਖਾਈ ਦਿੰਦੇ ਨੇ ਦਿੱਲੀ ਦੀ ਰੋਹਿਣੀ ਕੋਟ ਦੇ ਵਿੱਚ ਜੋ ਗੋਲੀ ਕਾਂਡ ਹੋਇਆ ਸੀ ਉਸ ਦਾ ਮੁਲਜ਼ਮ ਸੀ ਗੈਂਗਸਟਰ ਟਿੱਲੂ ਤਾਜਪੁਰੀਆ ਸਵੇਰੇ ਤਿਹਾਰ ਜੇਲ੍ਹ ਦੇ ਵਿੱਚ ਉਸ ਦੇ ਵਿਰੋਧੀਆਂ ਨੇ ਕਥਿਤ ਤੌਰ ਤੇ ਉਸ ਤੇ ਹਮਲਾ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ ਸਵੇਰੇ 1.6 ਵਜੇ ਦੇ ਕਰੀਬ ਵਿਰੋਧੀਆਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਤਾਜਪੁਰੀਏ ਨੂੰ ਦੀਨਦਿਆਲ ਉਪਾਦੇ ਆਏ ਹਸਪਤਾਲ ਲਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀਨੀਅਰ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਉਰਫ ਟਿੱਲੂ ਤਾਜ ਪੁਰੀਆ ਜਿਸ ਨੂੰ ਕਿਹਾ ਜਾਂਦਾ ਹੈ ਹਾਈ ਰਿਸਕ ਵਾਰਡ ਦੀ ਹੇਟਲੀ ਮੰਜ਼ਲ 'ਚ ਰੱਖਿਆ ਗਿਆ ਸੀ ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਕੇਂਦਰ ਸਰਕਾਰ ਦੇ ਅੰਡਰ ਹੈ ਅਤੇ ਜਿਹੜੀਆਂ ਜੇਲ੍ਹਾਂ ਨੇ ਉਹ ਦਿੱਲੀ ਸਰਕਾਰ ਦੇ ਅੰਡਰ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਸਰਕਾਰ ਹੈ ਇਸ ਕਤਲ ਤੋਂ ਬਾਅਦ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਦਿਖਾਈ ਦਿੰਦੇ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ 25 ਸਭ ਤੋਂ ਖਤਰਨਾਕ ਵਾਂਟਡ ਗੈਂਗਸਟਰਸ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ ਇਹਨਾਂ 25 ਗੈਂਗਸਟਰਸ ਦੇ ਵਿੱਚੋਂ ਗੋਲਡੀ ਬਰਾੜ ਨੂੰ 15ਵੇਂ ਨੰਬਰ ਤੇ ਸੂਚੀਬੱਧ ਕੈਨੇਡਾ ਦੇ ਵੱਲੋਂ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਚਿਰ ਪਹਿਲਾਂ ਇਹ ਦਾਵਾ ਕੀਤਾ ਸੀ ਕਿ ਅਸੀਂ ਫੜ ਲਿਆਏ ਗੋਲਡੀ ਬਰਾੜ ਨੂੰ ਜਦਕਿ ਹੁਣ ਕੈਨੇਡੀਅਨ ਪੁਲਿਸ ਦੇ ਵੱਲੋਂ ਇੱਕ ਸੂਚੀ ਜਾਰੀ ਕਰ ਦਿੱਤੀ ਗਈ ਹੈ 25 ਗੈਂਗਸਟਰਾਂ ਦੀ ਜਿਸ ਦੇ ਵਿੱਚ ਵਾਂਟਡ ਦੇ ਤੌਰ ਤੇ 골ਡੀ ਬਰਾਡ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਉਹ ਫੜਿਆ ਨਹੀਂ ਗਿਆ ਤਾਂ ਹੀ ਉਸ ਨੂੰ ਵਾਂਟਡ ਦੀ ਸੂਚੀ ਦੇ ਵਿੱਚ ਰੱਖਿਆ ਗਿਆ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਜਿਸ ਨੂੰ ਕੇ ਆਰ ਸੀ ਐਮ ਪੀ ਕਿਹਾ ਜਾਂਦਾ ਹੈ ਉਸ ਦੇ ਵੱਲੋਂ ਲੁੜੀਨ ਦੇ ਅਪਰਾਧੀਆਂ ਵਿੱਚ 15ਵੇਂ ਨੰਬਰ ਤੇ ਸੂਚੀਬੱਧ ਕੀਤਾ ਗਿਆ ਹੈ 골ਡੀ ਬਰਾਡ ਕੌਮੀ ਜਾਂਚ ਏਜੰਸੀ ਨੇ ਹਾਲੀ ਵਿੱਚ ਬਰਾੜ ਅਤੇ ਉਸਦੇ ਸਾਥੀ ਲੋਰੈਂਸ ਬਿਸ਼ਨੋਈ ਜੋ ਕਿ ਪਠੰਡਾ ਜੇਲ੍ਹ ਦੇ ਵਿੱਚ ਸੀ ਅਨਮੋਲ ਬਿਸ਼ਨੋਈ ਆਖਰੀ ਵਾਰ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਜੋ ਦੇਖਿਆ ਗਿਆ ਸੀ ਨੂੰ ਚਾਰਜ ਸ਼ੀਟ ਕੀਤਾ ਹੈ ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ 골ਡੀ ਬਰਾੜ ਲੋੜਿੰਦਾ ਹੈ ਮੁੱਖ ਮੰਤਰੀ ਪੰਜਾਬ ਨੇ ਦਾਵਾ ਕੀਤਾ ਸੀ ਫੜ ਲਿਆ ਗਿਆ ਹੈ ਪਰ ਕੈਨੇਡਾ ਦੇ ਵੱਲੋਂ ਹੁਣ ਉਸ ਨੂੰ ਵੌਂਟਡ ਦੀ ਲਿਸਟ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁਖੀਏ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਹ ਬਿਆਨ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦਾ ਦਿਖਾਈ ਦਿੰਦਾ ਏ ਅਗਲੀ ਖਬਰ ਦੇ ਵੱਲ ਵੱਧਦੇ ਆ ਪੰਜਾਬੀ ਕਲਾਕਾਰ ਸਿੱਪੀ ਗਿੱਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਸੀਪੀ ਗਿੱਲ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਉਹ ਆਪਣੀ ਗੱਡੀ ਦੇ ਵਿੱਚ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਸਨ ਬਿਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤਿਆਂ ਉੱਥੋਂ ਜਾਣ ਲੱਗੇ ਸਨ ਪੱਤਰਕਾਰਾਂ ਨੇ ਰੋਕ ਲਿਆ ਤਾਂ ਸੀਪੀ ਗਿੱਲ ਨੇ ਆਖਿਆ ਕਿ ਮੈਨੂੰ ਨਾ ਰੋਕੋ ਮੈਂ ਆਪਣੇ ਆਪ ਨੂੰ ਪ੍ਰਾਈਵੇਟ ਰੱਖਣਾ ਚਾਹੁੰਦਾ ਹਾਂ ਭਾਵੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਮੈਂ ਲੁਕਾ ਕੇ ਰੱਖਣਾ ਚਾਹੁੰਦਾ ਪਰ ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਲਓ पूछा गया गाडियां ਦੇ ਸ਼ੀਸ਼ੇ ਕਾਲੇ ਕਰਕੇ ਬੈਠੇ ਹੋ ਇਹ ਤਾਂ ਗੈਰ ਕਾਨੂੰਨੀ ਹੈ ਸਿੱਪੀ ਗਿੱਲ ਨੇ ਆਖਿਆ ਭਰਾਵੋ ਮੈਂ ਤਾਂ ਆਪਣੀ ਜਾਨ ਬਚਾਉਂਦਾ ਫਿਰਦਾ ਤੁਹਾਡੇ ਪਰਿਵਾਰਕ ਮੈਂਬਰ ਦੀ ਕਿਸੇ ਦੀ ਜਾਨ ਨੂੰ ਖਤਰਾ ਹੋਵੇ ਤਾਂ ਤੁਸੀਂ ਕੀ ਕਰੋਗੇ ਮੇਰੀ ਮਜਬੂਰੀ ਨੂੰ ਸਮਝੋ ਮੇਰੀ ਜਾਨ ਨੂੰ ਖਤਰਾ ਹੈ ਅਜਿਹੇ ਤਰਲੇ ਇਸ ਮੌਕੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਸਿੱਪੀ ਗਿੱਲ ਦੇ ਵੱਲੋਂ ਪਾਏ ਗਏ ਨੇ ਅਗਲੀ ਖਬਰ ਦੇ ਵੱਲ ਵਾਧਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਹੈ ਸੰਗਰੂਰ ਉੱਥੋਂ ਦੇ ਇਲਾਕੇ ਧੂਰੀ ਜੋ ਕਿ ਵਿਧਾਨ ਸਭਾ ਹਲਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਉੱਥੋਂ ਦੇ ਇੱਕ ਇਲਾਕੇ ਤੋਂ ਖਬਰ ਸਾਹਮਣੇ ਆਈ ਹੈ ਕਿ ਆਪਣੇ ਘਰ ਦੇ ਵਿੱਚ ਹੀ ਬੈਠੇ ਕੁਝ ਨੌਜਵਾਨਾਂ ਤੇ ਕੁਝ ਹੋਰ ਵਿਅਕਤੀਆਂ ਦੇ ਵੱਲੋਂ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਤਿੰਨ ਜ਼ਖਮੀ ਹੋਏ ਇੱਕ ਨੂੰ ਹੁਣ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਅਤੇ ਦੂਜਿਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠਣ ਲੱਗ ਪੈਨੇ ਕੇ ਘਰਾਂ ਦੇ ਵਿੱਚ ਵੀ ਵਿਅਕਤੀ ਸੁਰੱਖਿਅਤ ਨਹੀਂ ਅਜਿਹੇ ਸਵਾਲ ਉੱਠੇ ਤਾਂ ਪੁੱਛਿਆ ਗਿਆ ਐਸਪੀ ਪਲਵਿੰਦਰ ਸਿੰਘ ਦੇ ਕੋਲੋਂ ਉਹਨਾਂ ਨੇ ਆਖਿਆ ਕਿ ਅਸੀਂ ਸਾਰੀ ਜਾਂਚ ਕਰ ਰਹੇ ਹਾਂ ਪਰ ਜੋ ਮੁੱਢਲੇ ਤੌਰ ਤੇ ਸਾਨੂੰ ਲੱਗਦਾ ਹੈ ਕਿ ਇਹ ਕੋਈ ਆਪਸੀ ਰੰਜਿਸ਼ ਵੀ ਹੋ ਸਕਦੀ ਹੈ ਇਹਨਾਂ ਦਾ ਕੋਈ ਜ਼ਮੀਨੀ ਝਗੜਾ ਵੀ ਚੱਲਦਾ ਸੀ ਇਸ ਕਰਕੇ ਅਸੀਂ ਸਾਰਾ ਕੁਝ ਪਤਾ ਲਾ ਲਵਾਂਗੇ ਇਸ ਦੇ ਵਿੱਚ ਅਸੀਂ ਬਖਸ਼ਾਂਗੇ ਕਿਸੇ ਨੂੰ ਵੀ ਨਹੀਂ ਕਾਨੂੰਨੀ ਤਰੀਕੇ ਨਾਲ ਪੂਰੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਇਹ ਬਿਆਨ ਇਸ ਮੌਕੇ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਅਗਲੀ ਖਬਰ ਪਟਿਆਲਾ ਦੇ ਸਮਾਣੀਆਂ ਗੇਟ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਇੱਕ ਪਰਿਵਾਰ ਤੇ ਤਿੰਨ ਲੁਟੇਰਿਆਂ ਨੇ ਘਰ ਦੇ ਅੰਦਰ ਐਂਟਰ ਹੋ ਕੇ ਹਮਲਾ ਕਰ ਦਿੱਤਾ ਇਸ ਜੋੜੇ ਨੇ ਦੱਸਿਆ ਕਿ ਤਿੰਨ ਵਿਅਕਤੀ ਇੱਕ ਸੈਂਟਰੋ ਕਾਰ ਤੇ ਆਏ ਸਨ ਸਾਡੇ ਘਰ ਦੇ ਬਾਹਰ ਉਹਨਾਂ ਨੇ ਆਪਣੀ ਕਾਰ ਖੜੀ ਕੀਤੀ ਅੰਦਰ ਆਏ ਅਤੇ ਜਿਹੜਾ ਮੇਨ ਬਜ਼ੁਰਗ ਹੈ ਕਰਦਾ ਉਸ ਨੂੰ ਸਦਿਆ ਅਸੀਂ ਕਿਹਾ ਕਿ ਉਹ ਨਹਾ ਰਿਹਾ ਹੈ ਜਿਉਂ ਹੀ ਉਹ ਬਜ਼ੁਰਗ ਨਹਾ ਕੇ ਬਾਥਰੂਮ ਚੋਂ ਬਾਹਰ ਨਿਕਲਿਆ ਤਾਂ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਲੁੱਟਣ ਦੇ ਇਰਾਦੇ ਦੇ ਨਾਲ ਪਰ ਅਸੀਂ ਰੌਲਾ ਪਾ ਦਿੱਤਾ ਸਾਡੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਉਹ ਲਟੇਰੇ ਉਸੇ ਵੇਲੇ ਭੱਜ ਗਏ ਵੱਡਾ ਸਾਰਾ ਚਾਕੂ ਉਹਨਾਂ ਦੇ ਕੋਲ ਸੀ ਸਾਡੇ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਲੁੱਟਣ ਦੇ ਇਰਾਦੇ ਦੇ ਨਾਲ ਪਰ ਜਦੋਂ ਰੌਲਾ ਪੈ ਗਿਆ ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਉਹ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਭੱਜ ਗਏ ਅਸੀਂ ਤਾਂ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਆ ਘਰਾਂ ਦੇ ਵਿੱਚ ਐਂਟਰ ਹੋ ਕੇ ਹੁਣ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਏ ਡੀਐਸਪੀ ਸਿਟੀ ਸੰਜੀਵ ਸਿੰਗਲਾ ਤੋਂ ਪੁੱਛਿਆ ਗਿਆ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਰਹਿ ਪਹਿਲਾਂ ਤਾਂ ਕਾਰ ਦਾ ਨੰਬਰ ਦੇਖਾਂਗੇ ਕਿ ਨੰਬਰ ਪਲੇਟ ਅਸਲੀ ਸੀ ਜਾਂ ਫਿਰ ਨਕਲੀ ਹੈ ਉਸ ਤੋਂ ਬਾਅਦ ਇਸ ਮਸਲੇ ਨੂੰ ਜ਼ਰੂਰ ਸੁਲਝਾ ਲਿਆ ਜਾਵੇਗਾ ਦੋਸ਼ੀਆਂ ਨੂੰ ਬਖਸ਼ਾਂਗੇ ਨਹੀਂ ਡੀਐਸਪੀ ਸਿਟੀ ਦੇ ਵੱਲੋਂ ਇਹ ਬਿਆਨ ਇਸ ਮੌਕੇ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਬੀਤੇ ਦਿਨੀ ਮੋਰਿੰਡਾ ਦੇ ਵਿੱਚ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਬੇਅਦਬੀ ਦੀ ਉਸ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਅਤੇ ਜੇਲ੍ਹ ਦੇ ਵਿੱਚ ਖਬਰ ਸਾਹਮਣੇ ਆਈ ਕਿ ਉਸ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਮਹਿਸੂਸ ਹੋ ਰਹੀ ਹੈ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਰ ਹੁਣ ਖਬਰਾਂ ਸਾਹਮਣੇ ਇਹ ਆ ਰਹੀਆਂ ਨੇ ਕਿ ਉਸ ਦੀ লাশ ਨੂੰ ਲੈਣ ਲਈ ਵਾਰਿਸ ਤੱਕ ਨਹੀਂ ਪਹੁੰਚੇ ਜਸਵੀਰ ਸਿੰਘ ਉਸ ਵਿਅਕਤੀ ਦਾ ਨਾਮ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਉਸ ਦੀ ਸ਼ਲਨ ਲਈ ਨਹੀਂ ਪਹੁੰਚ ਰਹੇ ਅਜਹੀਆਂ ਮੀਡੀਆ ਰਿਪੋਰਟਾਂ ਹੁਣ ਸਾਹਮਣੇ ਆਉਂਦੀਆਂ ਦਖਾਈ ਦਿੰਦੀਆਂ ਨੇ ਇਸ ਤੋਂ ਇਲਾਵਾ ਹੁਣ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਉਸ ਦੀ লাশ ਲਜਾਣ ਲਈ ਐਂਬੂਲੈਂਸ ਵਾਲਿਆਂ ਦੇ ਵੱਲੋਂ ਵੀ ਨਾ ਨੁਕਰ ਕੀਤੀ ਜਾ ਰਹੀ ਹੈ ਉਹ ਕਹਿੰਦੇ ਨੇ ਕਿ ਅਸੀਂ ਵੀ ਇਸ ਦੀ লাশ ਨੂੰ ਲੈ ਕੇ ਨਹੀਂ ਜਾਵਾਂਗੇ ਮੌਤ ਤੋਂ ਪਹਿਲਾਂ ਉਸ ਨੇ ਮਾਨਸਾ ਦੀ ਜੇਲ੍ਹ ਦੇ ਵਿੱਚ ਪੇਟ ਦਰਦ ਅਤੇ ਛਾਤੀ ਦੀ ਤਕਲੀਫ ਦੀ ਜਾਣ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਸਿਹਤ ਨਹੀਂ ਸੁਧਰ ਸਕੀ ਸੀ ਜਿਸ ਤੋਂ ਬਾਅਦ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਹੁਣ ਜੇਕਰ ਗੱਲ ਸਿਆਸਤ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਇਸ ਮੌਤ ਨੂੰ ਕੋਈ ਆਮ ਮੌਤ ਨਹੀਂ ਸਮਝਿਆ ਜਾਣਾ ਚਾਹੀਦਾ ਹੋ ਸਕਦਾ ਹੈ ਕਿ ਜਿਹੜੀ ਇਸ ਦੇ ਪਿੱਛੇ ਸਾਜ਼ਿਸ਼ ਹੈ ਉਹ ਨੰਗੀ ਹੁੰਨ ਦੇ ਡਰੋ ਇਸ ਨੂੰ ਮਾਰ ਦਿੱਤਾ ਗਿਆ ਹੋਵੇ ਜਾਂ ਫਿਰ ਇਸ ਦੀ ਮੌਤ ਹੋ ਗਈ ਹੋਵੇ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਬੰਦੇ ਨੇ ਬੇਅਦਬੀ ਤਾਂ ਕੀਤੀ ਸੀ ਉਹ ਤਾਂ ਰੰਗੇ ਹਤੀਂ ਫੜਿਆ ਗਿਆ ਸੀ ਇਹ ਤਾਂ ਪਤਾ ਹੀ ਹੈ ਪਰ ਇਸ ਦੇ ਪਿੱਛੇ ਸਾਜ਼ਿਸ਼ ਕਿਸ ਦੀ ਸੀ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਆਖਰੇ ਬੰਦੇ ਦੀ ਮੌਤ ਹੋ ਕਿਵੇਂ ਗਈ ਹੈ ਜਾਂਚ ਦੀ ਮੰਗ ਅਕਾਲੀ ਦਲ ਦੇ ਵੱਲੋਂ ਇਸ ਮੌਕੇ ਕਰ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਮਾਨ ਸਰਕਾਰ ਦੇ ਵੱਲੋਂ ਬੀਤੇ ਦਿਨੀ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਜਾਵੇਗਾ। 2 ਮਈ ਤੋਂ ਲੈ ਕੇ 15 ਜੁਲਾਈ ਤੱਕ ਸਾਰੇ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਖੁੱਲ੍ਹਿਆ ਕਰਨਗੇ ਅਤੇ 2 ਵਜੇ ਤੱਕ ਉਹ ਕੰਮ ਕਰਿਆ ਕਰਨਗੇ 2 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਇਸ ਮੁਹਿੰਮ ਦੀ ਅਗਵਾਈ ਕੀਤੀ 7:28 ਮਿੰਟ ਤੇ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦੇ ਦਫ਼ਤਰ ਪਹੁੰਚ ਗਏ ਉਹਨਾਂ ਦੇ ਮੰਤਰੀ ਵੀ ਆਪੋ ਆਪਣੇ ਦਫ਼ਤਰਾਂ ਦੇ ਵਿੱਚ 7:30 ਵਜੇ ਦੇ ਕਰੀਬ ਪਹੁੰਚੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ ਜਿਵੇਂ ਕਿ ਡੀਸੀਜ਼ ਵਗੈਰਾ ਨੇ ਵੱਖ-ਵੱਖ ਕਜ਼ਿਲਿਆਂ ਦੇ ਵਿੱਚ ਉਹਨਾਂ ਨੇ ਵੀ 7:30 ਵਜੇ ਦੇ ਕਰੀਬ ਆਪਣੇ ਦਫ਼ਤਰਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਇਸ ਤੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਾਡੀ ਸਰਕਾਰ ਦੇ ਵੱਲੋਂ ਇਹ ਜੋ ਤਹਈਆ ਕੀਤਾ ਗਿਆ ਹੈ ਇਹ ਕਾਮਯਾਬ ਹੋਵੇਗਾ ਸਾਨੂੰ ਪੂਰੀ ਉਮੀਦ ਹੈ ਇਸ ਦੇ ਨਾਲ 40 ਤੋਂ 42 ਕਰੋੜ ਰੁਪਏ ਦੀ ਅਸੀਂ ਬਿਜਲੀ ਬਚਾ ਲਵਾਂਗੇ ਜਿਸ ਦੇ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ਭਗਵੰਤ ਮਾਨ ਨੇ ਦਾਵਾ ਇਹ ਵੀ ਕੀਤਾ ਕਿ ਗਰਮੀਆਂ ਦੇ ਵਿੱਚ ਬਿਜਲੀ ਦੀ ਕੋਈ ਵੀ ਕਮੀ ਨਹੀਂ ਹੈ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ ਅਸੀਂ ਤਾਂ ਇਹ ਜੋ ਕੀਤਾ ਹੈ ਟਾਈਮਿੰਗ ਬਦਲੀ ਹੈ ਇਹ ਲੋਕਾਂ ਦੀ ਸਹੂਲਤ ਨੂੰ ਵੀ ਮੱਦੇਨਜ਼ਰ ਰੱਖਦੇ ਆ ਬਦਲੀ ਹੈ ਗੱਲ ਜੇਕਰ ਮੁਲਾਜ਼ਮਾਂ ਦੀ ਸਰਕਾਰੀ ਮੁਲਾਜ਼ਮਾਂ ਦੀ ਕੀਤੀ ਜਾਵੇ ਤਾਂ ਸਰਕਾਰੀ ਮੁਲਾਜ਼ਮਾਂ ਦੇ ਆਗੂ ਸੁਖਚੈਨ ਖਹਿਰਾ ਕਹਿੰਦੇ ਨੇ ਖੇਤ ਇਹ ਸਵਾ ਬਿਜਲੀ ਬਚਣੀ ਹੈ ਸਾਡੇ ਵਰਗਿਆਣੇ 2 ਵਜੇ ਘਰੇ ਜਾ ਕੇ ਆਪਣੇ ਘਰਾਂ ਦੇ ਵਿੱਚ AC ਛੱਡ ਲੈਣੇ ਨੇ ਮੰਨ ਲਓ ਇੱਥੇ ਅਸੀਂ ਇੱਕ ਕਮਰੇ ਦੇ ਵਿੱਚ 10 ਸਰਕਾਰੀ ਮੁਲਾਜ਼ਮ ਕੰਮ ਕਰ ਰਹੇ ਆ ਉੱਥੇ ਲੱਗਾ ਏ ਇੱਕ AC ਜਦੋਂ ਸਾਨੂੰ ਛੁੱਟੀ ਹੋ ਜਾਣੀ ਐ ਅਸੀਂ 10 ਮੁਲਾਜ਼ਮਾਂ ਨੇ ਚਲੇ ਜਾਣਾ ਐ ਆਪੋ ਆਪਣੇ ਘਰੇ 10 ਘਰ 10 ਘਰਾਂ ਦੇ ਵਿੱਚ ਜਾ ਕੇ ਅਸੀਂ ਚਲਾ ਲੈਣੇ ਨੇ 10 AC ਦੱਸੋ ਬਿਜਲੀ ਬਚਣੀ ਹੈ ਕਿ ਜਾਂ ਫਿਰ ਵੱਧ ਖਪਤ ਹੋਣੀ ਹੈ ਇੱਥੇ ਸਗੋਂ ਘੱਟ ਏਸੀ ਚੱਲਦੇ ਨੇ ਇੱਕ ਜਗ੍ਹਾ ਤੇ ਜ਼ਿਆਦਾ ਮੁਲਾਜ਼ਮ ਬੈਠੇ ਹੁੰਦੇ ਨੇ ਜਦੋਂ ਘਰਾਂ ਦੇ ਵਿੱਚ ਲੇ ਜਾਣਗੇ ਜਾਂ ਕਿ ਏਸੀ ਛੱਡ ਲੈਣਗੇ ਜ਼ਿਆਦਾ ਖਪਤ ਹੋਣੀ ਹੈ ਇਸ ਸਰਕਾਰ ਨੂੰ ਥੁੱਕ ਕੇ ਚੱਟਣਾ ਪੈਣਾ ਹੈ ਜਿਵੇਂ ਕਿ ਪਹਿਲਾਂ ਫੈਸਲੇ ਇਹਨਾਂ ਨੇ ਕੀਤੇ ਸਨ ਬਦਲਣੇ ਪਏ ਸਨ ਇਹ ਵੀ ਬਦਲਣੇ ਪੈਣੇ ਨੇ ਅਸੀਂ ਤਾਂ ਨੌਕਰਾਂ ਸਾਨੂੰ ਜਦੋਂ ਸੱਦ ਲੈਣਗੇ ਭਾਵੇਂ 5 ਵਜੇ ਸੱਦ ਲੈਣਾ ਸੀ ਆ ਜਾਣਾ ਏ ਪਰ ਜਿਹੜੀਆਂ ਬੀਬੀਆਂ ਆਪਣੇ ਬੱਚੇ ਤੋਰ ਕੇ ਆਉਂਦੀਆਂ ਨੇ ਸਕੂਲੇ ਉਹ ਕੀ ਕਰਨਗੀਆਂ ਚਲੋ ਕੋਈ ਗੱਲ ਨਹੀਂ ਐਸੀ ਸਰਕਾਰ ਦੇ ਨੌਕਰਾਂ ਸਾਨੂੰ ਸੱਦ ਲਿਆ ਐ ਸੀ 7:30 ਆ ਗਏ ਆ ਪਰ ਫੈਸਲਾ ਇਹਨਾਂ ਨੂੰ ਜ਼ਰੂਰ ਬਦਲਣਾ ਪੈਣਾ ਏ ਮੁਲਾਜ਼ਮ ਆਗੂ ਦੇ ਵੱਲੋਂ ਮਾਨ ਸਰਕਾਰ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਗਈਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਨਵੀਂ ਸਕੀਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਨਾਮ ਰੱਖਿਆ ਗਿਆ ਏ ਸਰਕਾਰ ਤੁਹਾਡੇ ਦਵਾਰ ਕਾਫੀ ਚਿਰ ਪਹਿਲਾਂ ਉਹਨਾਂ ਨੇ ਲਾਣ ਕੀਤਾ ਸੀ ਕਿ ਅੱਜ ਹੀ ਸਕੀਮ ਸ਼ੁਰੂ ਕਰਾਂਗੇ ਪਰ ਹੁਣ ਉਹਨਾਂ ਨੇ ਆਖਿਆ ਹੈ ਕਿ ਅਸੀਂ ਇਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਜਾ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਦੇ ਵਿੱਚ ਹੋਏਗਾ ਕੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਕਿ ਹਫਤੇ ਦੇ ਵਿੱਚ ਦੋ ਦਿਨ ਸਰਕਾਰੀ ਪ੍ਰਸ਼ਾਸਨ ਪਿੰਡਾਂ ਦੇ ਵਿੱਚ ਜਾਇਆ ਕਰੇਗਾ ਜ਼ਿਲ੍ਹੇ ਦੇ ਡੀਸੀ ਪਿੰਡਾਂ ਦੇ ਵਿੱਚ ਜਾਇਆ ਕਰਨਗੇ ਅਤੇ ਲੋਕਾਂ ਦੇ ਕੰਮ ਪਿੰਡਾਂ ਦੇ ਵਿੱਚ ਜਾ ਕੇ ਕਰਿਆ ਕਰਨਗੇ ਡੀਸੀ ਆਪ ਵੀ ਜਾਇਆ ਕਰੇਗਾ ਅਤੇ ਜਿਹੜਾ ਹੋਰ ਸਰਕਾਰੀ ਸਟਾਫ ਹੈ ਉਹ ਸਾਰਾ ਪਿੰਡਾਂ ਦੇ ਵਿੱਚ ਜਾਵੇਗਾ ਹਫ਼ਤੇ ਦੇ ਵਿੱਚ 2 ਦਿਨ ਅਤੇ ਪਿੰਡਾਂ ਦੇ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੇ ਕੰਮ ਨਬੜ ਕੇ ਵਾਪਸ ਆਇਆ ਕਰੇਗਾ ਅਸੀਂ ਪਾਇਲਟ ਪ੍ਰੋਜੈਕਟ ਕੋ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤਾ ਸੀ ਉਹ ਕਾਮਯਾਬ ਹੋ ਗਿਆ ਏ ਹੁਣ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਨੂੰ ਲਾਗੂ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਹਿੰਦੇ ਨੇ ਅਸੀਂ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਆ ਅਤੇ ਇਹ ਵੀ ਇੱਕ ਸਹੂਲਤ ਹੈ ਕਿ ਜਿਹੜੇ ਵੱਡੇ ਅਫਸਰ ਨੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆ ਕੇ ਲੋਕਾਂ ਦਾ ਕੰਮ ਕਰਨਾ ਅਸੀਂ ਕਿਹਾ ਸੀ ਅਤੇ ਕਰਨ ਜਾ ਰਹੇ ਆ ਅਗੇ ਵਾਦੇ ਆ ਮੁੱਖ ਮੰਤਰੀ ਨੇ 200 ਹੋਰ ਨਿਯੁਕਤੀ ਪੱਤਰ ਵੰਡ ਦਿੱਤੇ ਨੇ ਭਗਵੰਤ ਮਾਨ ਨੇ ਜਾਣਕਾਰ ਦਿੱਤੀ ਹੈ ਕਿ ਸਿਹਤ ਮੈਡੀਕਲ ਅਤੇ ਸਹਿਕਾਰਤਾ ਵਿਭਾਗ ਦੇ ਵਿੱਚ 200 ਹੋਰ ਨਿਯੁਕਤੀ ਪੱਤਰ ਮੈਂ ਵੰਡ ਦਿੱਤੇ ਹਨ ਭਗਵੰਤ ਮਾਨ ਕਹਿੰਦੇ ਨੇ ਇਸ ਦੇ ਨਾਲ ਹੁਣ 29000 ਤੋਂ ਵੱਧ ਸਰਕਾਰੀ ਨੌਕਰੀਆਂ ਮੈਂ ਆਪਣੇ ਹੱਥੀ ਵੰਡ ਚੁੱਕਾ ਹਾਂ ਵਾਦਾ ਕੀਤਾ ਸੀ ਨੌਕਰੀਆਂ ਦੇਵਾਂਗੇ ਅਤੇ ਸਰਕਾਰ ਦੇ ਵਿੱਚ ਆ ਕੇ ਅਸੀਂ ਨੌਕਰੀਆਂ ਦੇ ਰਹੇ ਹਾਂ ਪੰਜਾਬ ਦੇ ਨੌਜਵਾਨ ਬਹੁਤ ਖੁਸ਼ ਨੇ ਸਾਡੀ ਸਰਕਾਰ ਤੋਂ ਹੁਣ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਚੜ ਗਿਆ ਹੈ ਅਤੇ ਲਗਾਤਾਰ ਹੁਣ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ ਆਪਣੀ ਪਿੱਠ ਥਾਪੜਨ ਦਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮੌਕੇ ਕੀਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਾਤੇ ਆ ਮੰਤਰੀ ਦੀ ਅਸ਼ਲੀਲ ਵੀਡੀਓਜ਼ ਵਾਲਾ ਕਿੱਸਾ ਛੇੜ ਕੇ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਦੀ ਸਿਆਸਤ ਦਾ ਰੁਖ ਮੋੜ ਕੇ ਰੱਖ ਦਿੱਤਾ ਹੈ ਇੱਕ ਪਾਸੇ ਜਿੱਥੇ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਹੁਰਨਾ ਮੁੱਦਿਆਂ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਜਦੋਂ ਤੋਂ ਸੁਖਪਾਲ ਖੈਰਾ ਨੇ ਦੋ ਵੀਡੀਓਜ਼ ਗਵਰਨਰ ਨੂੰ ਸੌਂਪਿਆਣੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਮੁੱਦਾ ਹੀ ਇਹ ਬਣ ਗਿਆ ਹੈ ਕਿ ਆਖਰ ਉਹ ਕਿਹੜਾ ਮੰਤਰੀ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਗਿਆ ਮਨਜਿੰਦਰ ਸਿੰਘ ਸਿਰਸਾ ਦੇ ਟਵੀਟ ਨੂੰ ਲੈ ਕੇ ਕਿਉਂਕਿ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਦਿੱਤਾ ਕਿ ਜਿਹੜੀਆਂ ਦੋ ਅਸ਼ਲੀਲ ਵੀਡੀਓਜ਼ ਗਵਰਨਰ ਨੂੰ ਸੌਂਪਿਆਣੇ ਸੁਪਾਲ ਸਿੰਘ ਖੈਰਾ ਨੇ ਉਹ ਹਨ ਲਾਲਚੰਦ ਕਟਾਰੂ ਚੱਕ ਦੀਆਂ ਅਤੇ ਲਾਲਚੰਦ ਕਟਾਰੂ ਚੱਕ ਨੇ ਆਪਣਾ ਅਸਤੀਫਾ ਵੀ ਦੇ ਦਿੱਤਾ ਹੈ ਭਗਵੰਤ ਮਾਨ ਤੋਂ ਪੁੱਛਿਆ ਗਿਆ ਲਾਲ ਚੰਦ ਕਟਾਰੂ ਚੱਕ ਨੇ ਕੋਈ ਅਸਤੀਫਾ ਦਿੱਤਾ ਏ ਮਾਨ ਨੇ ਜਵਾਬ ਦਿੱਤਾ ਕਿ ਸਿਰਸੇ ਨੂੰ ਹੀ ਦੇ ਦਿੱਤਾ ਹੁਣ ਆਏ ਮੈਨੂੰ ਤਾਂ ਕਟਾਰੂ ਚੱਕ ਨੇ ਕੋਈ ਅਸਤੀਫਾ ਨਹੀਂ ਦਿੱਤਾ ਕਹਿੰਦੇ ਨੇ ਮੇਰੇ ਤਾਂ ਕੋਈ ਵੀਡੀਓ ਹੀ ਨਹੀਂ ਆਈ ਅਸਤੀਫਾ ਕੀ ਦੇਣਾ ਇਹ ਐਵੇਂ ਹੀ ਬੋਲਦੇ ਰਹਿੰਦੇ ਨੇ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈ ਭਗਵੰਤ ਮਾਨ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਨਾਮ ਦੱਸ ਦਿਓ ਜਾਂਚ ਕਰਵਾ ਕੇ ਮੰਤਰੀ ਬਾਹਰ ਕੱਢ ਦਿਓ ਉਸ ਤੇ ਕਾਨੂੰਨੀ ਕਾਰਵਾਈ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਅਸੀਂ ਜਿਲੰਦਰ ਦੀ ਜਿਮਨੀ ਚੋਣ ਦੇ ਵਿੱਚ ਅੰਦੋਲਨ ਛੇੜ ਦੇਵਾਂਗੇ ਅਸੀਂ ਇਹ ਕੁਝ ਕਰਨਾ ਨਹੀਂ ਚਾਹੁੰਦੇ ਪਰ ਤੁਹਾਨੂੰ ਆਪਣੇ ਆਪ ਹੀ ਚਾਹੀਦਾ ਹੈ ਕਿਉਂਕਿ ਜਦੋਂ ਲੀਡਰ ਅਜਿਹਾ ਕੰਮ ਕਰਦੇ ਨੇ ਸਾਰਾ ਲੀਡਰ ਭਾਈਚਾਰਾ ਬਦਨਾਮ ਹੋ ਜਾਂਦਾ ਸਾਨੂੰ ਆਪ ਸ਼ਰਮਾਈ ਜਾਂਦੀ ਹੈ ਆਪਣੇ ਆਪ ਉਹ ਬੰਦਾ ਬਾਹਰ ਕੱਢ ਦਿਓ ਜਾਂਚ ਕਰਵਾ ਲਓ ਵੀਡੀਓਜ਼ ਦੀ ਅਸੀਂ ਇਹ ਨਹੀਂ ਕਹਿੰਦੇ ਜਾਂਚ ਨਾ ਕਰਵਾਓ ਜਾਂਚ ਕਰਵਾ ਕੇ ਬੰਦਾ ਬਾਹਰ ਕੱਢੋ ਉਸ ਤੋਂ ਬਾਅਦ ਜੇਕਰ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਬੰਦੇ ਤੇ ਕਰੋ ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਅੰਦੋਲਨ ਵੱਡਾਂਗੇ ਸ਼ਰੋਮਣੀ ਅਕਾਲੀ ਦਲ ਦੇ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਵੀ ਇਹੀ ਮੰਗ ਕੀਤੀ ਹੈ ਉਹ ਵੀ ਕਹਿੰਦੇ ਨੇ ਕਿ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਪਰ ਪਹਿਲਾਂ ਮੰਤਰੀ ਤੋਂ ਅਸਤੀਫਾ ਜ਼ਰੂਰ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਫਿਰ ਹੀ ਜਾਂਚ ਸਫਲ ਹੋ ਸਕਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਇੱਕ ਸ਼ਾਇਰਾਨਾ ਪੋਸਟ ਪਾਈ ਤਾਂ ਪੂਰੇ ਪੰਜਾਬ ਦੀ ਸਿਆਸਤ ਹੀ ਸ਼ਾਇਰਾਨਾ ਹੋ ਗਈ ਕਿਉਂਕਿ ਜਵਾਬ ਵੀ ਕਵਿਤਾਵਾਂ ਦੇ ذریعے ਹੀ ਭਗਵੰਤ ਮਾਨ ਨੂੰ ਮਿਲਣ ਲੱਗ ਪਏ ਮੰਤ ਮਾਨ ਨੇ ਇੱਕ ਟਵੀਟ ਕੀਤਾ ਫੇਸਬੁੱਕ ਤੇ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਇੱਕ ਜ਼ੁਲਮ ਕਰਦੀ ਹੈ ਇੱਕ ਜ਼ੁਲਮ ਰੋਕਦੀ ਹੈ ਤਲਵਾਰ ਤਲਵਾਰ 'ਚ ਫਰਕ ਹੁੰਦਾ ਹੈ ਇੱਕ ਕੌਮ ਉਤੋਂ ਵਾਰ ਦਿੱਤਾ ਜਾਂਦਾ ਹੈ ਤੇ ਇੱਕ ਦੇ ਉਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਹੈ ਪਰਵਾਰ ਪਰਵਾਰ ਚ ਫਰਕ ਹੁੰਦਾ ਹੈ ਇੱਕ ਸਹੂਲਤਾਂ ਦਿੰਦੀ ਹੈ ਇੱਕ ਮਾਫੀਆ ਪਾਲਦੀ ਹੈ ਸਰਕਾਰ ਸਰਕਾਰ ਚ ਫਰਕ ਹੁੰਦਾ ਹੈ ਇੱਕ ਛਪ ਕੇ ਵਿਕਦਾ ਹੈ ਇੱਕ ਵਿਕ ਕੇ ਛਪਦਾ ਹੈ ਅਖਬਾਰ ਅਖਬਾਰ ਚ ਫਰਕ ਹੁੰਦਾ ਹੈ ਨੋਟ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ਹਮਦਰਦ ਮੇਰੇ ਨਾਲ ਸਹਿਮਤ ਹੋਣਗੇ ਸਿਰਫ ਇੱਕ ਨੂੰ ਛੱਡ ਕੇ ਭਗਵੰਤ ਮਾਨ ਨੇ ਜਿਉਂ ਹੀ ਇਹ ਸ਼ਾਇਰਾਨਾ ਪੋਸਟ ਪਾਈ ਜਵਾਬ ਦੇ ਦਿੱਤਾ ਗਿਆ ਸਾਫਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਅਤੇ ਉਹ ਵੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਹੀ ਉਹਨਾਂ ਨੇ ਲਿਖਿਆ ਇੱਕ ਦਾ ਇੰਤਜ਼ਾਰ ਹੁੰਦਾ ਹੈ ਇੱਕ ੱੱ ਨਾਲ ਛਪਾਇਆ ਜਾਂਦਾ ਹੈ ਇਸ਼ਤਿਹਾਰ ਇਸ਼ਤਿਹਾਰ 'ਚ ਬੜਾ ਫਰਕ ਹੁੰਦਾ ਹੈ ਪਹਿਲਾਂ ਸੀ ਦੂਜਿਆਂ ਦੇ ਦਿਖਦਾ ਹੁਣ ਆਪਦੀ ਘਰ ਵਾਲੀ ਦੇ ਗਲ 'ਚ ਹੁੰਦਾ ਹੈ ਹਾਰ-ਹਾਰ ਦੇ ਵਿੱਚ ਬੜਾ ਫਰਕ ਹੁੰਦਾ ਹੈ ਕੁਝ ਰੋਟੀ ਖਾ ਕੇ ਆਉਂਦਾ ਹੈ ਕੁਝ दारू ਪੀ ਕੇ ਮਾਰਨ ਡਕਾਰ ਡਕਾਰ 'ਚ ਬੜਾ ਫਰਕ ਹੁੰਦਾ ਹੈ ਇੱਕ ਸਿੱਖਾਂ ਲਈ ਲੜਦਾ ਹੈ ਇੱਕ ਐਨਐਸਏ ਲਾਉਂਦਾ ਹੈ ਸਰਦਾਰ ਸਰਦਾਰ 'ਚ ਬੜਾ ਫਰਕ ਹੁੰਦਾ ਹੈ ਇਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੱਖੀਆਂ ਚੋਬਾਂ ਲਾਉਣ ਦਾ ਕੰਮ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਸ ਮੌਕੇ ਕਰ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆਦਮਪੁਰ ਅਤੇ ਭੋਗਪੁਰ ਦੇ ਵਿੱਚ ਦੋ ਰੋਡ ショਅ ਭਗਵੰਤ ਮਾਨ ਦੇ ਵੱਲੋਂ ਕੱਢੇ ਗਏ ਜਿਸ ਦੇ ਵਿੱਚ ਉਹਨਾਂ ਨੇ ਆਕੇ ਆਕੇ ਸੁਸ਼ੀਲ ਰਿੰਕੂ ਨੂੰ ਮੇਰੀ ਥਾਂ ਤੇ ਬਿਠਾ ਦਿਓ ਤਾਂ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚ ਸਕੇ ਮੇਰੀ ਥਾਂ ਤੇ ਦਾ ਮਤਲਬ ਉਹਨਾਂ ਦਾ ਕਹਿਣ ਦਾ ਇਹ ਹੈ ਕਿ ਪਹਿਲਾਂ ਮੈਂ ਸੰਗਰੂਰ ਤੋਂ ਸੰਸਦ ਮੈਂਬਰ ਸੀ ਉਹ ਸੀਟ ਖਾਲੀ ਹੋ ਗਈ ਹੈ ਹੁਣ ਉਸ ਸੀਟ ਤੇ ਪਹੁੰਚਾ ਦਿਓ ਸੁਸ਼ੀਲ ਰਿੰਕੂ ਉਹ ਤਾਂ ਜੋ ਜਲੰਧਰ ਦੀ ਆਵਾਜ਼ ਦੇਸ਼ ਦੀ ਸਰਕਾਰ ਤੱਕ ਪਹੁੰਚਾਈ ਜਾ ਸਕੇ ਇਸ ਤੋਂ ਇਲਾਵਾ ਡੇਰੇਆਂ ਤੇ ਜਾਣ ਦਾ ਦੌਰ ਵੀ ਲਗਾਤਾਰ جاری ਹੈ ਨਕੋਦਰ ਦੇ ਡੇਰੇ ਤੇ ਵੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸ ਮਾਨ ਦੇ ਨਾਲ ਵੀ ਮੁਲਾਕਾਤ ਮੁੱਖ ਮੰਤਰੀ ਦੇ ਵੱਲੋਂ ਇਸ ਮੌਕੇ ਕੀਤੀ ਗਈ ਹੈ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਖੁਦ ਮੁੱਖ ਮੰਤਰੀ ਡਟੇ ਹੋਏ ਨੇ ਕਿਉਂਕਿ ਜਲੰਧਰ ਜ਼ਿਲ੍ਹੇ ਚੋਣ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਇਸ ਮੌਕੇ ਭਖਿਆ ਹੋਇਆ ਹੈ ਇਸ ਹਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਜੂ ਰਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ